दिक्कत यह है जी, 1.5 महीना हो गया वा साडी कैरी पुली बंद आ जी, ना बरसात होंगी ना कुछ होंगी, फिर भी इतने पानी इकट्ठा हो जाता जी। नगर निगम प्रशासन का कभी कोई आया नहीं, इतना रोड गलियां सारिया बंद पईयां, बुरा हाल है। तुसीं आ देखो इधरले पासे माड़ा जिहा, अज 2 महीने हो गए कैरी पुली तो, दूजे पासे जाना मुश्किल है, जा ही नहीं सकते। लोग जो जिन्हों को 2 पैसे आ लोग बाहर बनाई जाते कोठियां, जो गरीब बंदा वो अगला मजबूरी च रही जाता। ਕਿਸੇ ਦਾ ਵੀ ਕੋਈ ਪਹਿਲਾਂ ਜਿਹੜਾ ਵੋਟਰ ਖੜਾ ਹੁੰਦਾ, ਅਸੀਂ ਆਹ ਕਰਾਵਾਂਗੇ ਆਹ ਕਰਾਵਾਂਗੇ, ਕੁਛ ਨਹੀਂ ਕੋਈ ਕਰਦਾ। ਸਾਨੂੰ 2 ਮਹੀਨੇ ਇੰਨਾ ਮੁਸ਼ਕਲ ਆਉਣਾ, ਇੰਨਾ ਮੁਸ਼ਕਲ ਆ ਜਿਹਦੇ ਕਹਿਣ ਦੀ ਗੱਲ, ਕੋਈ ਕਿਸੇ ਦਾ ਗੈਸਟ ਘਰ ਨਹੀਂ ਆ ਸਕਦਾ, ਕੁਛ ਨਹੀਂ ਆ ਸਕਦਾ। ਨਗਰ ਨਿਗਮ ਦੀਆਂ ਚੋਣਾਂ ਨੂੰ ਕੁਝ ਕੁ ਮਹੀਨੇ ਬਾਕੀ ਰਹਿੰਦੇ ਨੇ, ਜਿਸ ਨੂੰ ਲੈ ਕੇ ਜਲੰਧਰ ਸ਼ਹਿਰ ਦੇ ਕੈਰੀ ਪੁਲੀ ਦੇ ਲਾਗਲੇ ਮੁਹੱਲਾ ਕੋਟ ਕਿਸ਼ਨ ਅਤੇ ਜਗਤਪੁਰਾ ਦੇ ਇਲਾਕਾ ਨਿਵਾਸੀਆਂ ਨਗਰ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਕੱਢਿਆ ਹੈ। ਉਹਨਾਂ ਦੇ ਵੱਲੋਂ ਕੈਰੀ ਪੁਲੀ ਦੇ ਕੋਲ ਇੱਕ ਫਲੈਕਸ ਬੋਰਡ ਲਗਾ ਕੇ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਦੇ ਪਾਸ ਵੋਟ ਨਾ ਮੰਗਣ ਦੀ ਗੱਲ ਕਹਿ ਦਿੱਤੀ ਹੈ। ਦਿੱਕਤ ਇਹ ਹੈ ਜੀ, 1.5 ਮਹੀਨਾ ਹੋ ਗਿਆ ਵਾ ਸਾਡੀ ਕੈਰੀ ਪੁਲੀ ਬੰਦ ਆ ਜੀ, ਨਾ ਬਰਸਾਤ ਹੁੰਦੀ ਨਾ ਕੁਛ ਹੁੰਦੀ, ਫਿਰ ਵੀ ਇੱਥੇ ਪਾਣੀ ਇਕੱਠਾ ਹੋ ਜਾਂਦਾ ਜੀ। ਸੀਵਰੇਜ ਦਾ ਇੰਨਾ ਬੁਰਾ ਹਾਲ ਆ, ਅੱਜ ਤੋਂ 10 ਸਾਲ ਪਹਿਲਾਂ ਤੋਂ ਵੀ ਜਿਹੜੇ ਸੀਗੇ ਆਪਣੇ ਕੌਂਸਲਰ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ, ਪਿਛਲੀ ਵਾਰੀ ਕਾਂਗਰਸ ਦੇ ਕੌਂਸਲਰ ਬਣੇ ਉਹਨਾਂ ਨੂੰ ਵੀ ਕਿਹਾ, ਪਰ ਕਿਸੇ ਨੇ ਇਹਦਾ ਹੱਲ ਨਹੀਂ ਕੀਤਾ ਹੈਗਾ ਹਾਲੇ ਤੱਕ। ਇਹਦਾ ਕਿਰਪਾ ਕਰਕੇ ਹੱਲ ਕਰਾਓ, ਇੱਥੋਂ ਲੰਘਣਾ ਵੜਨਾ ਬਹੁਤ ਮੁਸ਼ਕਲ ਆ। ਵਿਧਾਇਕ ਸਾਡੇ ਹੈਗੇ ਬਾਬਾ ਹੈਨਰੀ ਜੀ, ਇੱਕ ਵਾਰੀ ਗਏ ਸੀਗੇ ਸਾਰੇ ਇਕੱਠੇ ਹੋ ਕੇ, ਉਹਨਾਂ ਕੋਲ ਸਫਾਈ ਕਰਵਾਈ ਇੱਕ ਵਾਰੀ, ਪਰ ਉਸ ਤੋਂ ਬਾਅਦ ਕੋਈ ਨਹੀਂ ਆਇਆ। ਨਗਰ ਨਿਗਮ ਪ੍ਰਸ਼ਾਸਨ ਦਾ ਕਦੇ ਕੋਈ ਆਇਆ ਨਹੀਂ, ਇੱਥੇ ਰੋਡ ਗਲੀਆਂ ਸਾਰੀਆਂ ਬੰਦ ਪਈਆਂ, ਬੁਰਾ ਹਾਲ ਆ। ਤੁਸੀਂ ਆ ਦੇਖੋ ਇੱਧਰਲੇ ਪਾਸੇ ਮਾੜਾ ਜਿਹਾ, ਕੈਮਰਾ ਘੁਮਾਓ ਤੇ ਦੇਖੋ, ਤੁਹਾਨੂੰ ਪਤਾ ਲੱਗੇਗਾ ਜੀ ਕਿੰਨਾ ਬੁਰਾ ਹਾਲ ਆ। ਇੱਥੇ ਕੌਂਸਲਰ ਆਪਣੇ ਹੈਗੇ ਨੇ ਜੀ ਵੰਦਨਾ ਭੱਲਰ, ਬੜੀ ਵਾਰੀ ਗਏ ਜੀ ਉਹਨਾਂ ਕੋਲ ਇਕੱਠੇ ਹੋ ਗਏ ਜੀ, ਉਹ ਕਹਿੰਦੇ ਕਰਵਾਉਣੇ ਕਰਵਾਉਣੇ, ਹੁਣ ਸਰਕਾਰ ਬਦਲ ਗਈ ਆ, ਜਲਦੀ ਨਹੀਂ ਸੁਣਦਾ ਨਹੀਂ ਕੋਈ। ਦਾਵਾ ਹੀ ਹੈ ਜੀ, ਤੁਹਾਡੇ ਸਾਹਮਣੇ ਹੀ ਹੈ ਦਾਵਾ ਹੀ ਹੈ ਜੀ, ਕਰਦਾ ਕੋਈ ਕੁਛ ਨਹੀਂ, ਤੁਹਾਡੇ ਸਾਹਮਣੇ ਹੀ ਹੈ ਦਾਵਾ ਹੀ ਹੈ ਜੀ, ਕਰਦਾ ਕੋਈ ਕੁਛ ਨਹੀਂ। ਅੱਜ 2 ਮਹੀਨੇ ਹੋ ਗਏ ਕੈਰੀ ਪੁਲੀ ਤੋਂ, ਦੂਜੇ ਪਾਸੇ ਜਾਣਾ ਮੁਸ਼ਕਲ ਹੈ, ਜਾ ਹੀ ਨਹੀਂ ਸਕਦੇ ਅਸੀਂ। 2 ਮਹੀਨੇ ਹੋ ਗਏ, ਹਾਲੇ ਕਿ ਬਰਸਾਤ ਨਹੀਂ ਪੈਂਦੀ, ਫਿਰ ਵੀ ਪਾਣੀ ਖੜਾ ਤਾਂ ਖੜਾ ਹੀ ਹੈ, ਹੁਣ ਵੀ ਤੁਸੀਂ ਚੈੱਕ ਕਰ ਸਕਦੇ ਹੋ। ਭਰਾ ਜੀ ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਲੱਗਦਾ ਸਮਾਰਟ ਸਿਟੀ ਹੈ, ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਲੱਗਦਾ ਵੀ ਸਮਾਰਟ ਸਿਟੀ ਹੈਗਾ ਜਲੰਧਰ, ਖਾਲੀ ਕੈਰੀ ਪੁਲੀ ਦਾ ਨਹੀਂ ਹਾਲ, ਪਿੱਛੇ ਵੀ ਸਲੰਮ ਏਰੀਆ ਜਾਂ ਕੋਈ ਵੀ ਨੀਵਾਂ ਏਰੀਆ, ਉੱਥੇ ਇਹੀ ਹਾਲ ਆ, ਕੋਈ ਉੱਥੇ ਸਿਸਟਮ ਦਾ ਸੀਵਰੇਜ ਸਿਸਟਮ ਹੈ ਨਹੀਂ। 5 ਸਾਲ ਪਹਿਲਾਂ ਨਾਰੇ ਲਾਉਂਦੇ ਰਹੇ ਜੀ, ਇੱਥੋਂ ਪਾਣੀ ਕੱਢ ਕੇ ਉੱਥੇ ਸੁੱਟ ਦੇਣਾ ਹੈਗਾ, ਕਿਸੇ ਨੇ ਕੁਛ ਨਹੀਂ ਕੀਤਾ ਜੀ। ਜੀ ਹਾਂ, ਜਲੰਧਰ ਦੇ ਇਕੈਰੀ ਪੁਲੀ ਦੇ ਉੱਪਰ ਸੀਵਰੇਜ ਦੇ ਪਾਣੀ ਦੀ ਸਮੱਸਿਆ ਫਿਰ ਤੋਂ ਵੱਧਦੀ ਹੀ ਜਾ ਰਹੀ ਹੈ, ਜਿਸ ਕਾਰਨ ਆਸ ਪਾਸ ਦੇ ਲੋਕਾਂ ਨੇ ਆਗੂਆਂ ਦੇ ਉੱਪਰ ਗੁੱਸਾ ਕੱਢਿਆ ਹੈ। ਲੋਕਾਂ ਨੇ ਆਗੂਆਂ ਦੇ ਉੱਪਰ ਚੋਣਾਂ ਦਾ ਬਾਈਕਾਟ ਕਰਨ ਵਾਲੇ ਬੈਨਰ ਲਗਾ ਦਿੱਤੇ ਨੇ ਅਤੇ ਲੋਕਾਂ ਨੇ ਕਿਹਾ ਹੈ ਕਿ ਕੋਈ ਵੀ ਉਹਨਾਂ ਤੋਂ ਵੋਟਾਂ ਮੰਗਣ ਨਾ ਆਵੇ। ਦਿੱਕਤ ਬਾਜੀ ਇਹੀ ਹੈ ਕਿ ਬਿਨਾਂ ਬਰਸਾਤ ਤੋਂ ਸੀਵਰੇਜ ਬੈਕ ਮਾਰਦਾ ਵਾ ਪਾਣੀ, ਅਤੇ ਕਾਫੀ ਦੇਰ ਹੋ ਗਈ ਆ ਵੇਖਦੇ, ਕੋਈ ਹੱਲ ਨਹੀਂ ਇਹਦਾ। ਅਤੇ 1.5 ਸਾਲ ਹੋ ਗਿਆ, ਨਾ ਕੋਈ ਝਾੜੂ ਮਾਰਨ ਵਾਲਾ ਸਫਾਈ ਵਾਲਾ ਬੰਦਾ, ਨਾ ਕੋਈ ਕੂੜੇ ਵਾਲਾ, ਮੱਲੇ ਵਾਲਿਆਂ ਨੇ ਕੋਲੋਂ ਪੈਸੇ ਦੇ ਕੇ ਆਪਣਾ ਬੰਦਾ ਰੱਖਿਆ ਵਾ, ਉਹੀ ਆ ਕੇ ਕੂੜਾ ਵਗੈਰਾ ਜੋ ਵੀ ਘਰਾਂ 'ਚ ਇਕੱਠਾ ਕਰਦਾ ਵਾ। ਬਾਈਕਾਟ ਕੀਤਾ ਜਿਹੜਾ ਬੈਨਰ ਲਗਾਇਆ, ਕਿਸ ਚੀਜ਼ ਦਾ ਹੈਗਾ? ਇਹ ਭਾਜੀ ਇਹ ਆਪਣਾ ਕਾਰਪੋਰੇਸ਼ਨ ਦੇ ਇਲੈਕਸ਼ਨ ਵਾਲਾ ਵਾ ਜਿਹੜੇ ਹੋਣੇ ਅੱਗੋਂ, ਇਸ ਕਰਕੇ ਬਾਈਕਾਟ ਕੀਤਾ ਵਾ। ਜੇ ਕੋਈ ਮੱਲੇ ਦਾ ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਆਉਂਦਾ ਨਹੀਂ, ਕਿੰਨੀਆਂ ਕੰਪਲੇਂਟਾਂ ਕਰਾ ਚੁੱਕੇ ਹਾਂ, ਕੋਈ ਹੱਲ ਹੀ ਨਹੀਂ ਇਹਦਾ ਭਾਜੀ। ਨਿਗਮ ਪ੍ਰਸ਼ਾਸਨ ਦਾ ਕਹਿੰਦੇ ਆਪਾਂ ਸਾਰੇ ਕੰਮ ਕਰਾਏ ਭਾਜੀ, ਤੁਸੀਂ ਦੇਖੋ ਜਰਾ, ਅੱਜ ਲੱਕੜ ਮੰਡੀ ਜਾਓ ਭਾਜੀ, ਦੁਕਾਨ ਦਾ ਕੱਲ ਭੇਵੇ ਭਾਜੀ, ਉਹਨਾਂ ਦੀ ਵੀ ਕੱਲ ਇੰਟਰਵਿਊ ਆਈ ਹੈ, ਉਹ ਵੀ ਭਾਜੀ ਧਰਨੇ ਪ੍ਰਦਰਸ਼ਨ ਕਰਦੇ ਆ ਹਰ ਰੋਜ਼, ਕੋਈ ਸੁਣਵਾਈ ਨਹੀਂ ਭਾਜੀ। ਕੀ ਉਮੀਦ ਕਰਦੇ ਹੋ ਆਉਣ ਵਾਲੇ ਕੌਂਸਲਰ ਇਲੈਕਸ਼ਨ ਨੂੰ ਲੈ ਕੇ, ਕਿ ਜਿਹੜੇ ਪੁਰਾਣੇ ਕੌਂਸਲਰ ਜਿਹੜੇ ਤੁਹਾਡੇ ਕਦੇ ਕੰਮ ਨਹੀਂ ਆ ਰਹੇ, ਅੱਗੋਂ ਆਮ ਆਦਮੀ ਪਾਰਟੀ ਸਰਕਾਰ ਦੇ ਕੀ ਭੇਜਣ ਭਾਜੀ? ਹੁਣ ਦਾ ਫੀਲ ਆਪਾਂ ਉਮੀਦ ਹੀ ਛੱਡਤੀ ਹੈ ਜੀ, ਜੋ ਹਾਲ ਆ, ਲੋਕ ਜਿਹੜੇ ਜਿਨ੍ਹਾਂ ਕੋਲ 2 ਪੈਸੇ ਆ ਉਹ ਲੋਕ ਬਾਹਰ ਬਣਾਈ ਜਾਂਦੇ ਕੋਠੀਆਂ, ਜਿਹੜਾ ਗਰੀਬ ਬੰਦਾ ਉਹ ਅਗਲਾ ਮਜਬੂਰੀ 'ਚ ਰਹੀ ਜਾਂਦਾ। ਇਕੈਰੀ ਪੁਲੀ ਦੇ ਵਿੱਚ ਪਾਣੀ ਭਰਨ ਦੀ ਸਮੱਸਿਆ ਕਈ ਸਾਲਾਂ ਤੋਂ ਹੈ, ਪਰ ਪਿਛਲੇ 1.5 ਸਾਲ ਤੋਂ ਇਸਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਸੀਵਰੇਜ ਦੀ ਸਮੱਸਿਆ ਕਾਰਨ ਕਰੀਬ 4 ਮਹੀਨਿਆਂ ਤੋਂ ਇਹ ਇਲਾਕਾ ਗੰਦੇ ਪਾਣੀ ਦੇ ਨਾਲ ਭਰਿਆ ਪਿਆ ਸੀ। ਭਾਵੇਂ 1 ਸਾਲ ਪਹਿਲਾਂ ਸਮੱਸਿਆ ਵਧਣ ਤੋਂ ਬਾਅਦ ਹੱਲ ਲਈ ਇਕੈਰੀ ਪੁਲੀ ਦੇ ਨੇੜੇ ਡਿਸਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ, ਪਰ ਇਸ ਵਿੱਚ ਵੀ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ। ਕਿਸੇ ਦਾ ਵੀ ਕੋਈ ਪਹਿਲਾਂ ਜਿਹੜਾ ਵੋਟਰ ਖੜਾ ਹੁੰਦਾ, ਅਸੀਂ ਆਹ ਕਰਾਵਾਂਗੇ ਆਹ ਕਰਾਵਾਂਗੇ, ਕੁਛ ਨਹੀਂ ਕੋਈ ਕਰਦਾ। ਸਾਨੂੰ 2 ਮਹੀਨੇ ਇੰਨਾ ਮੁਸ਼ਕਲ ਆਉਣਾ, ਇੰਨਾ ਮੁਸ਼ਕਲ ਆ ਜਿਹਦੇ ਕਹਿਣ ਦੀ ਗੱਲ, ਕੋਈ ਕਿਸੇ ਦਾ ਗੈਸਟ ਘਰ ਨਹੀਂ ਆ ਸਕਦਾ, ਕੁਛ ਨਹੀਂ ਆ ਸਕਦਾ। ਕੌਂਸਲਰ ਕੀ ਕਹਿੰਦੇ ਤੁਹਾਡੇ? ਕੌਂਸਲਰਾਂ ਨੂੰ ਉਹਨੂੰ ਕਹੋ ਦੋ ਸੁਣਦੇ, ਅੱਛਾ ਆਵਾਂਗੇ ਆਵਾਂਗੇ, ਕਰਾ ਦਿੰਦੇ, ਕੁਛ ਵੀ ਨਹੀਂ। ਇੱਥੇ ਵਿਧਾਇਕ ਨਾਲ ਗੱਲਬਾਤ ਕੀਤੀ? ਹਾਂ ਕਰਦੇ ਹੀ ਹੈ, ਜਾ ਕੇ ਬੰਦਾ ਹੀ ਕਰਨੀ ਹੁੰਦੀ, ਜਨਾਨੀਆਂ ਥੋੜ੍ਹੀ ਕਰਨੀ ਹੁੰਦੀ ਹੈ। ਬਸ ਇਹ ਕਰਾ ਦਿੰਦੇ ਹਾਂ ਜੀ, ਅਸੀਂ ਕਰ ਦਿੰਦੇ ਹਾਂ। ਕਾਫੀ ਦੇਰ ਤੋਂ ਸਮੱਸਿਆ, 10-12 ਸਾਲ ਹੋ ਗਏ। ਘਰ ਦਾ ਘਰ 'ਚ ਗੰਦਾ ਪਾਣੀ ਸਾਰੀ ਗਲੀ ਭਰ ਜਾਂਦੀ ਹੈ।
अंदर तक चल जाता पानी फिर कितना मुश्किल है। तो तुसी इस सारी दी सारी गलबात दे बारे विच की सोचते हो इस दे बारे च कमेंट सैक्शन दे विच जाके अपनी राय साझी करना बिल्कुल भी ना भुलना। जलंधर तो संदीप कौल दी रिपोर्ट चढ़दी कला टाइम टीवी।